ਕਰਦੇ ਸਟਾਰਟ ਸਰ ਪੰਜਾਬ ਦਾ ਆਪਰੇਸ਼ਨ ਹੈ ਪੂਰਾ ਕਿ ਚੰਡੀਗੜ੍ਹ ਪੰਜਾਬ ਪੁਲਿਸ ਨੇ ਮਾਨਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ ਤੇ ਬਹੁਤ ਇਫੈਕਟਿਵ ਕੰਮ ਕੀਤਾ ਹੈ। ਬਹੁਤ ਸਾਰੇ ਕਲੂ ਸੀਗੇ ਇਸ ਮੈਟਰ ਦੇ ਵਿੱਚ, ਜਿਹੜਾ ਸਪੈਸ਼ਲ ਆਪਰੇਸ਼ਨ ਚੱਲ ਰਿਹਾ ਸੀਗਾ। ਪੱਪਲਪ੍ਰੀਤ ਸਿੰਘ ਜਿਹੜਾ ਮੇਨ ਐਸੋਸੀਏਟ ਆ ਅੰਮ੍ਰਿਤਪਾਲ ਸਿੰਘ ਦਾ, ਉਹਨੂੰ ਪੰਜਾਬ ਪੁਲਿਸ ਨੇ ਔਰ ਖਾਸ ਕਰਕੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਕੱਥੂ ਨੰਗਲ ਦੇ ਏਰੀਏ ਤੋਂ ਗ੍ਰਿਫਤਾਰ ਕੀਤਾ। ਇਹਦੇ ਵਿੱਚ ਕਾਫੀ ਦੇਰ ਤੋਂ ਬਹੁਤ ਸਾਰੇ ਵਾਈਟਲ ਕਲੂ ਸੀਗੇ ਜਿਹਨਾਂ ਦੇ ਉੱਤੇ ਕੰਮ ਹੋ ਰਿਹਾ ਸੀਗਾ, ਔਰ ਬਹੁਤ ਸ਼ਲਾਘਾ ਦਾ ਕੰਮ ਕੀਤਾ ਅੰਮ੍ਰਿਤਸਰ ਰੂਰਲ ਪੁਲਿਸ ਨੇ ਮਾਨਯੋਗ DGP ਸਾਹਿਬ ਦੀਆਂ ਹਦਾਇਤਾਂ ਤੇ ਔਰ ਉਹਨਾਂ ਦੀ ਗਾਈਡੈਂਸ ਦੇ ਹੇਠ। ਪੱਪਲਪ੍ਰੀਤ ਸਿੰਘ ਨੂੰ ਡਿਟੇਨ ਕੀਤਾ ਗਿਆ, NSA ਦੇ ਵਿੱਚ ਗ੍ਰਿਫਤਾਰੀ ਜਿਹੜੀ ਪਏਗੀ NSA ਦੇ ਤਹਿਤ ਉਹ ਗ੍ਰਿਫਤਾਰੀ ਪਏਗੀ। ਇਸ ਤੋਂ ਇਲਾਵਾ ਇਹ 6 ਹੋਰ ਕੇਸਿਸ ਦੇ ਵਿੱਚ ਵਾਂਟਡ ਆ, ਔਰ ਫਰਦਰ ਇਹਦੇ ਵਿੱਚ ਜੋ ਵੀ ਡਿਵੈਲਪਮੈਂਟ ਹੋਰ ਹੋਏਗੀ ਉਹਦੇ ਬਾਰੇ ਦੇ ਵਿੱਚ ਤੁਹਾਨੂੰ ਟਾਈਮ ਟੂ ਟਾਈਮ ਜਿਹੜੀ ਆ ਜਾਣਕਾਰੀ ਦਿੱਤੀ ਜਾਏਗੀ। ਪੰਜਾਬ ਪੁਲਿਸ ਨੇ ਮਾਨਯੋਗ CM ਸਾਹਿਬ ਕੀ ਇੰਸਟਰਕਸ਼ਨਸ ਪੇ ਬਹੁਤ ਇਫੈਕਟਿਵ ਕਾਮ ਕੀਆ ਹੈ। ਇਸ ਕੇਸ ਮੇ ਇੱਕ ਸਪੈਸ਼ਲ ਆਪਰੇਸ਼ਨ ਜੋ ਚੱਲ ਰਿਹਾ ਥਾ, ਇਸਮੇ ਹਮਾਰੇ ਪਾਸ ਵਾਈਟਲ ਕਲੂਸ ਥੇ, ਜਿਸਮੇ ਪੱਪਲਪ੍ਰੀਤ ਸਿੰਘ ਜੋ ਮੇਨ ਐਸੋਸੀਏਟ ਹੈ ਅੰਮ੍ਰਿਤਪਾਲ ਸਿੰਘ ਕਾ, ਉਸਕੋ ਪੰਜਾਬ ਪੁਲਿਸ ਨੇ ਖਾਸ ਕਰਕੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਕੱਥੂ ਨੰਗਲ ਏਰੀਆ ਹੈ ਅੰਮ੍ਰਿਤਸਰ ਮੇ ਵਹਾਂ ਸੇ ਅਰੈਸਟ ਕੀਆ ਹੈ। ਪੰਜਾਬ ਪੁਲਿਸ ਨੇ ਇਸਕੋ NSA ਮੇ ਡਿਟੇਨ ਕੀਆ ਹੈ। ਇਸਕੇ ਇਲਾਵਾ 6 ਔਰ ਕੇਸਿਸ ਇਸਪੇ ਰਜਿਸਟਰਡ ਹੈ, ਜੋ ਟਾਈਮ ਟੂ ਟਾਈਮ ਐਜ ਪਰ ਲੀਗਲ ਪ੍ਰੋਸੈਸ ਉਸਪੇ ਕਾਮ ਕੀਆ ਜਾਏਗਾ ਬਾਅਦ ਮੇ। ਔਰ ਇਸ ਕੇਸ ਮੇ ਅਭੀ ਔਰ ਫਰਦਰ ਜੋ ਵੀ ਡਿਵੈਲਪਮੈਂਟ ਹੋਗੀ ਟਾਈਮ ਟੂ ਟਾਈਮ ਆਪਕੇ ਸਾਥ ਸ਼ੇਅਰ ਕੀ ਜਾਏਗੀ। ਪੰਜਾਬ ਪੁਲਿਸ ਅੰਡਰ ਦੀ ਇੰਸਟਰਕਸ਼ਨਸ ਆਫ ਆਨਰੇਬਲ CM ਪੰਜਾਬ ਹੈਜ਼ ਟੇਕਨ ਅ ਵੈਰੀ ਇਫੈਕਟਿਵ ਸਟੈਪ। ਪੰਜਾਬ ਪੁਲਿਸ ਹੈਜ਼ ਬੀਨ ਸਕਸੈਸਫੁਲ ਇਨ ਅਰੈਸਟਿੰਗ ਪੱਪਲਪ੍ਰੀਤ ਸਿੰਘ। ਪੱਪਲਪ੍ਰੀਤ ਸਿੰਘ ਇਜ਼ ਮੇਨ ਐਸੋਸੀਏਟ ਆਫ ਅੰਮ੍ਰਿਤਪਾਲ ਸਿੰਘ। ਹੀ ਹੈਜ਼ ਬੀਨ ਅਰੈਸਟਿਡ ਫਰੋਮ ਦੀ ਏਰੀਆ ਆਫ ਕੱਥੂ ਨੰਗਲ ਇਨ ਅੰਮ੍ਰਿਤਸਰ, ਐਂਡ ਅੰਮ੍ਰਿਤਸਰ ਪੁਲਿਸ ਅੰਡਰ ਦੀ ਲੀਡਰਸ਼ਿਪ ਆਫ ਆਨਰੇਬਲ DGP ਪੰਜਾਬ ਦੇ ਹੈਵ ਅਰੈਸਟਿਡ ਪੱਪਲਪ੍ਰੀਤ। ਹੀ ਹੈਜ਼ ਬੀਨ ਡਿਟੇਨਡ ਅੰਡਰ NSA। ਦੇਰ ਆਰ 6 ਅਦਰ ਕੇਸਿਸ ਵਿਚ ਹੈਵ ਬੀਨ ਰਜਿਸਟਰਡ ਅਗੇਂਸਟ ਹਿਮ, ਐਂਡ ਫਰਦਰ ਲੀਗਲ ਐਕਸ਼ਨ ਵਿਲ ਬੀ ਟੇਕਨ ਐਜ ਪਰ ਲਾਅ ਐਂਡ ਇਨ ਅਕੋਰਡੈਂਸ ਵਿਦ ਲਾਅ। ਐਨੀ ਫਰਦਰ ਡਿਵੈਲਪਮੈਂਟ ਇਨ ਦਿਸ ਕੇਸ ਔਰ ਇਨ ਦਿਸ ਮੈਟਰ ਵਿਲ ਬੀ ਸ਼ੇਅਰਡ ਵਿਦ ਦੀ ਮੀਡੀਆ ਸੂਨ। ਥੈਂਕ ਯੂ ਸੋ ਮਚ। ਸਰ ਜੀ